ਜਨਾਲਾ ਦੇ ਪਿੰਡ ਉਗਰੌਲਖ ਦੇ ਇੱਕ ਨੌਜਵਾਨ ਲਵਲੀ ਨੇ ਥਾਣਾ ਜਨਾਲਾ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਦੇਵ ਸਿੰਘ ਅਤੇ ਹੋਰ ਵਿਅਕਤੀਆਂ ਵੱਲੋਂ ਉਸ ਦੇ ਘਰ ਵਿੱਚ ਆ ਕੇ ਗਾਲੀ-ਗਲੋਚ ਕੁੱਟਮਰ ਤੇ ਫਾਇਰਿੰਗ ਕੀਤੀ ਗਈ। ਲਵਲੀ ਨੇ ਦੱਸਿਆ ਕਿ ਮਹਿਲਾ ਸਰਪੰਚ ਦੇ ਪਤੀ ਵੱਲੋਂ ਪਿੰਡ ਵਿੱਚ ਇੱਕ ਡਿਸਪੈਂਸਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਸੀ। ਅਜੇ ਜਦੋਂ ਉਸਨੇ ਉਹਨਾਂ ਨੂੰ ਕਿਹਾ ਕਿ ਜਿਸ ਜਗ੍ਹਾ ਤੇ ਤੁਸੀਂ ਡਿਸਪੈਂਸਰੀ ਬਣਾ ਰਹੇ ਹੋ ਉੱਥੇ ਉਹਨਾਂ ਦੀ ਜਗ੍ਹਾ ਵੀ ਹੈ ਬਸ ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਹਮਲਾ ਕਰ ਦਿੱਤਾ। ਇਸ ਮੌਕੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਸ਼ਾਂਭਣ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਵਿਰੁੱਧ 307 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਕਿ ਮਾਮਲਾ ਸਰ ਜੀ ਮੇਰਾ ਨਾਮ ਸਰ ਲਵਲੀ ਕੁਮਾਰਾ ਪਿੰਡ ਓਕਰੋਗ ਤਹਿਸੀਲ ਨਲਾ ਡਿਸਟ੍ਰਿਕਟ ਅਮਰੀਕਾ ਸਰ ਸਰ ਮੈਂ 25 ਤਰੀਕ ਦੀ ਗੱਲ ਹੈ ਜੀ ਕੋਈ ਸਾਡੇ ਇੱਥੇ ਸਰਪੰਚ ਦਾ ਘਰ ਵਾਲਾ ਵਾ ਰਜਿੰਦਰ ਕੋਰ ਦਾਸ ਮੌਜੂਦਾ ਸਰਪੰਚ ਲੇਡੀ ਸਰਪੰਚੋ ਦਾ ਘਰ ਵਾਲਾ ਸੁਖਦੇਵ ਸਿੰਘ ਮੋਰ ਤੇ ਕੋਈ ਟੋ ਡਿਸਪੈਂਸਰੀ ਵੀ ਅਗਰ ਬਣਾ ਰਹੇ ਤੇ ਮੈਂ ਉਹਨਾਂ ਨੂੰ ਜਾਂਦੇ ਜਾਂਦਾ ਰਸਤੇ 'ਚ ਮਿਲਿਆ ਮੈਂ ਸਰ ਇੱਥੇ ਸਾਡਾ ਤਾਂ ਥਾਂ ਥਾਂ ਬੰਦਾ ਟੋਆਂ ਦਾ ਟੋ ਡਿਸਪੈਂਸਰੀ ਵੇਖ ਕੇ ਬਣਾਉ ਉਹ ਕਹਿੰਦਾ ਕੋਈ ਨਹੀਂ ਆਪਾਂ ਨਿਸ਼ਾਨਦਾ ਹੀ ਲਈ ਆ ਮੈਂ ਵੇਖ ਕੇ ਤੁਰਨ ਲੱਗਾ ਕੋਈ ਗੱਲ ਨਹੀਂ ਆਈ ਉੱਥੇ ਤੂੰ ਤੂੰ ਮੈਮ ਹੋਈ ਇਹਨਾਂ ਦੇ ਭਤੀਜੇ ਨਾਲ ਗੱਲ ਕਰਤੀ ਜੀ ਉੱਥੇ ਆਪਾਂ ਥੋੜਾ ਨਾ ਹੱਥੋਂ ਪਾਈ ਹੋ ਜਾਂਦੇ ਉੱਥੋਂ ਘਰੇ ਆ ਗਿਆ ਮੈਂ ਕੋਈ ਇਦਾਂ ਦੀ ਗੱਲਬਾਤ ਨਹੀਂ ਆਈ ਇਹਨਾਂ ਕੋਲ ਜਿੰਨੀਆਂ 9 ਵਜੇ ਜਗ੍ਹਾ ਥੋੜੇ ਮੋੜਾ ਮੋੜਾ ਤੂੰ ਤੂੰ ਮੈਮ ਹੋਈ ਆ ਬਾਅਦ 'ਚ ਇਹਨਾਂ 12 ਵਜੇ ਆ ਗਏ ਮੈਨੇ ਜਦ ਕਿ ਮੈਨੂੰ ਇਹਨੇ ਕੁੱਟਿਆ ਮਾਰਿਆ ਵੀ ਇਹਨਾਂ ਦੇ ਨਾਲ ਸਰਪੰਚ ਨੇ ਕਿ ਸੁਖਦੇਵ ਸਿੰਘ ਆ ਉਹ ਸਰਪੰਚਨੀ ਦਾ ਘਰ ਵਾਲਾ ਜਿਹੜਾ ਸੁਖਦੇਵ ਸਿੰਘ ਉਹਨੇ ਕਿਹਾ ਵੀ ਇਹੋ लवली ਫੜ ਲਓ ਫਿਰ ਇਹਨਾਂ ਫਾਇਰਿੰਗ ਫੋਰਿੰਗ ਕੀਤੀ ਉੱਪਰ ਆ ਗਏ ਇੱਕੋ ਫਾਇਰ ਮਾਰਿਆ ਜੀ ਫਿਰ ਮੈਨੂੰ ਕੋਠੇ ਤੋਂ ਥੱਲੇ ਲੈ ਗਏ ਨਾ ਮੈਨਾਂ ਕੁੱਟਮਾਰ ਕੀਤੀ ਆ ਤੇ ਸੀਸੀਟੀ ਵੀ ਕੈਮਰੇ ਸਾਡੇ ਘਰੇ ਲੱਗੇ ਹੀ ਜੇ ਉਹਦੇ ਵਿੱਚ ਸਾਰੀ ਹੋਇਆ ਵਾ ਕੁਝ ਬਾਹਰੋਂ ਬੰਦੇ ਆਏ ਆ ਪਤਾ ਲੱਗਿਆ ਕੋਈ ਇਹਨਾਂ ਦੇ ਕੁੱੜਮੇ ਆਏ ਉਹਨਾਂ ਦੇ ਉਹ ਵੀ ਵੈਰੀਫਾਈ ਹੋ ਰਿਹਾ ਏ ਬਾਕੀ ਤਵਦੀਸ਼ ਕਰ ਰਹੇ ਸਾਰੋ ਨੇ ਤੇ ਮਦੇਹੋ ਚਾਹਨਾ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਕੱਲ ਬਾਅਦ ਚ ਜਦ ਸਾਰੇ ਪਰਚਾ ਦਰਜ ਕਰਾ ਕੇ ਵਾਪਸ ਆ ਰਹੇ ਸੀ ਇਹਨਾਂ ਦੇ ਮੰਡੇ ਫੇਰ ਸਾਨੂੰ ਆਪਣੇ ਰੋਕੇ ਪਿੰਡ ਦੇ ਘੇਰ ਲਿਆ ਸਰ ਉਹਨਾਂ ਸਾਨੂੰ ਮਗਰ ਭੱਜੇ ਮੈਂ ਕਣਕਾਂ ਵਿੱਚ ਦੀ ਭੱਜ ਕੇ ਆਪਣੀ ਜਾਨ ਬਚਾਈ ਆ ਕਿਉਂਕਿ ਜੀ ਉਹਦੇ ਵਿੱਚ ਵਰਿੰਦਰ ਸਿੰਘ ਸਾਨੂੰ ਬਲਦੇਵ ਸਿੰਘ ਅਮਨਦੀਪ ਸਿੰਘ ਸਾਨਾਫਧਰਾਵਾਂ ਦਾ ਇਹਨਾਂ ਦਾ ਭਾਈ ਆ ਇੱਕ ਇੱਕ ਸਰਤਾਜ ਮੁੰਡਾ ਪੋਈਆਲੀ ਤੋਂ ਇੱਕ ਜੱਟੇ ਪਛੀ ਦਾ ਘੋਗਾਵਾ ਮੁੰਡਾ ਜੀ ਨਾਲ ਉਹਦਾ ਇੱਕ ਭਰਾ ਆ ਬਾਕੀ ਅਨਪਛਤੇ ਤਿੰਨ ਜਣੇ ਦੋ ਗੱਡੀਆਂ ਪਰ ਮੈਂ ਆਪਣੀ ਭੱਜ ਕੇ ਜਾਣ ਪਹਚਾਈ ਆ ਉਹ ਵੀ ਸੀਸੀਟੀ ਵੀ ਕੈਮਰਾ ਹੀ ਕਢਵਾ ਲਿਆ ਜੀ ਗੱਲ ਮੌਕੇ ਤੇ ਡਿਊਟੀ ਸਾਹਿਬ ਸਾਰੇ ਐਸਐਚਓ ਸਾਹਿਬ ਸਾਰਿਆਂ ਨੇ ਮਤ ਦਿੱਤੀ ਆਏ ਜੀ ਬਾਕੀ ਉਹਨਾਂ ਦੀ ਦਰਖਾਸਤ ਦਿੱਤੀ ਆ ਉਹ ਕਹਿੰਦੇ ਵੀ ਆਪਣਾ ਜੋ ਵੀ ਬੰਦੀ ਨੇ ਤੇ ਕਾਰਵਾਈ ਮੈਂ ਕਰਉਣਾ ਚਾਹੁੰਦਾ ਵੀ ਵਾਤ ਵਾਤ ਕਰ ਮੈਨੂੰ ਇਹਨਾਂ ਤੋਂ ਖਤਰਾ ਵਾ ਕੱਲ ਨੂੰ ਮੇਰਾ ਜਾਲੀ ਮਾਲੀ ਦਾ ਨੁਕਸਾਨ ਜੋ ਵੀ ਹੋਗਾ ਤੇ ਜੋ ਮੇਰਾ ਸਖਦੇਵ ਸਿੰਘ ਹੋਊਗਾ ਜੀ ਹਾਂਜੀ ਇਹੋ ਕਰਾ ਰਿਹਾ ਜੀ ਜੋ ਵੀ ਕਰਾ ਰਿਹਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਆਪੇ ਪੁਲਿਸ ਪ੍ਰਸ਼ਾਸਨ ਤੋਂ ਸਾਰੇ ਇਹ ਮੰਗ ਕਰਦੇ ਆਂ ਕਿ ਸਰ ਜੋ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਅਰਸ਼ਟ ਕੀਤਾ ਜਾਵੇ ਠੀਕ ਹੈ ਇਹ ਕਹੀ ਜਾਂਦੇ ਵੀ ਸਾਨੂੰ ਕੋਈ ਅਰਸ਼ਟ ਨਹੀਂ ਕਰ ਸਕਦਾ ਆਉਂਦੇ ਆ ਰਾਤ ਗੱਡੀਆਂ ਲੈ ਕੇ ਫੇਰ ਕਦੀਆਂ ਆ ਇਹਨੂੰ ਚਲ ਜਾਂਦੇ ਕਦੀ ਇੱਥੇ ਪੈਗ ਲਾਉਂਦੇ ਐਨ ਐਸ ਸੀਟੀ ਵੀਗਿਆਰਾ ਸਭ ਕੋ ਸਾਡੇ ਕੋਲ ਹੈਗਾ ਇਹ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਜਲਦ ਤੋਂ ਜਲਦ ਕਰ ਅਰਸ਼ਟ ਕੀਤਾ ਜਾਵੇ ਗੋਲੀ ਗੋਲੀ ਚੱਲਦੀ ਕਿ ਮਾਮਲਾ ਤੇ ਕੀ ਕਰ ਲਈ ਕੋਰਸ ਦੀ ਕੇਸ ਰਜਿਸਟਰਡ ਕਰਦਾ ਜੇ 307 ਦਾ ਉਥੇ ਇੱਕ ਲੜਕਾ लवली ਉਹਨਾਂ ਦਾ ਕੋਈ ਗੜਿਆਂ ਤੋਂ ਲੈ ਕੇ ਕੋਈ ਪੰਚਾਇਤ ਨੇ ਨਿਸ਼ਾਨਦੇਹੀ ਕਰਾਈ ਸੀ ਕਿ ਉਥੇ ਡਿਸਪੈਂਸਰੀ ਦੇ ਤੇ ਉਹਦਾ ਇਹ ਹੈਗਾ ਸੀ ਕਿ ਮੇਰੀ ਵੀ ਇੱਥੇ ਜਗ੍ਹਾ ਨਿਕਲਦੀ ਆ ਉਹ ਇਸੇ ਗੱਲ ਨੂੰ ਲੈ ਕੇ ਬਾਅਦ ਵਾਦ ਹੋਇਆ ਤੇ ਫਿਰ ਜਦੋਂ ਗੱਲ ਵਧੀ ਤੇ ਉਹ ਦੂਸਰੀ ਪਾਰਟੀ ਉਹਦੇ ਘਰ ਚ ਦਾਖਲ ਹੋ ਗਈ ਅਸਲੇ ਲੈ ਕੇ ਤੇ ਉਹਦੀ ਮਾਰਕ ਡੇ ਕੀਤੀ ਤੇ ਇਸ ਸਬੰਧ ਚ ਕੇਸ ਦਰਜ ਕਰ ਦਿੱਤਾ ਜੀ ਫਾਈਲਿੰਗ ਵੀ ਹੋਈ ਸੀ ਉਹ تصدیق ਕਰ ਰਹੇ ਆ ਜੀ ਕਿਹੜੀ ਕਿਹੜਾ ਹੋਤਾ ਤੁਹਾਨੂੰ ਕਿਨੇ ਮਨ ਬੰਦਨ ਕਰੂੰਗਾ ਸੱਤ ਹੁੰਦਿਆਂ ਦੇ ਪਰਚਾ ਦਰਜ ਕੀਤਾ ਜੀ ਕਿਹੜੀ ਪਰਚਾ 307 ਦੇ ਤਾਂ ਜੀ ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ